ਦਾ ਤੁਹਾਡੇ ਵਾਸਤੇ ਲੈ ਕੇ ਆਇਆ ਸਪੈਸ਼ਲ ਮੰਡੀ ਬਹਾਉਦੀਨ ਦੇ ਵਿੱਚ ਜ਼ਰਈ ਹਾਲਾਤ ਦਾ ਮਾਮਲਾ ਉਹਦੇ ਵਿੱਚ ਹਾਈਵੇ ਫਰੰਟ ਬਲੇਡ ਹੈਗਾ ਜੇ ਜੈਕਰੀ ਟਰਾਲੀ ਇਹ ਹਲ ਹੈਗੇ ਨੇ ਤੇ ਮੈਂ ਆਪਣਾ ਪੂਰਾ ਜਿਹੜਾ ਨਾ ਇਲਾਕਾ ਫੋਲ ਕੇ ਸਭ ਤੋਂ ਜਿਹੜੀ ਅੱਛੀ ਚੀਜ਼ ਲੱਗੀ ਮੈਂ ਤੁਹਾਡੇ ਵਾਸਤੇ ਹੋਰ ਲੈ ਕੇ ਆਇਆ ਔਜ਼ਾਰ ਵੇਖੋਗੇ ਦਿਲ ਖੁਸ਼ ਹੋ ਜਾਏਗਾ ਮਿਆਰੀ ਔਜ਼ਾਰ ਅੱਛਾ ਐਂਗਲ ਔਰ ਅੱਛੀ ਗੇਜ ਹੈਗੀ ਏ ਤੁਹਾਡਾ ਦਿਲ ਖੁਸ਼ ਹੋ ਜਾਏਗਾ ਵੇਖ ਕੇ ਸਪਰਿੰਗ ਵੇਖੋਗੇ ਬਹੁਤ ਆਲਾ ਕੁਆਲਿਟੀ ਦੇ ਪਾਏ ਨੇ ਯਾਨੀ ਕਿ ਮੈਂ ਸਾਰੀਆਂ ਵਰਕਸ਼ਾਪਾਂ ਘੁੰਮ ਕੇ ਵੇਖ ਕੇ ਜਿਹੜੀ ਚੀਜ਼ ਨਚੋੜਦੀ ਨਿਕਲੀ ਉਹ ਵੀਰਾਂ ਵਾਸਤੇ ਲੈ ਕੇ ਆਇਆ ਵਾਂ ਠੀਕ ਹੈ ਤੇ ਇਹ ਇੱਕ ਹਲਕਾ ਜਿਹਾ ਵਿਊ ਏ ਇਸ ਤੋਂ ਬਾਅਦ ਆਪਾਂ ਤੁਹਾਨੂੰ ਲੈ ਚੱਲਨੇ ਆ ਜਿੱਥੇ ਸਟਾਕ ਪਿਆ ਹੈਗਾ ਅਜੇ ਸਰ ਜਰਾ ਤੁਰੇ ਚੱਲੋ ਆਪਾਂ ਅੱਜ ਤੁਹਾਨੂੰ ਰੇਟ ਵੀ ਦੱਸਾਂਗੇ ਮناسب ਰੇਟ ਨੇ ਔਰ ਗਾਰੰਟੀ ਇਹ ਹੈ ਮੇਰੇ ਖਿਆਲ ਪੰਜ ਸਾਲ ਦੀ ਗਾਰੰਟੀ ਹੈ ਉਜ਼ਾਰ ਦੀ ਬਲਕੇ ਜੇ ਸੰਭਿਆ ਹੋਵੇ ਤੇ ਲਾਈਫ ਟਾਈਮ ਜਾਂਦਾ ਹੀ ਨਹੀਂ ਇੱਕ ਵਾਰੀ ਲਿਆ ਉਜ਼ਾਰ ਐਡਾ ਵੀਆਈਪੀ ਬਣਦਾ ਇਹ ਸਮਝ ਲਓ ਵੀ ਮੰਡੀ ਬਹਾਉਦੀਨ ਦੀ ਸੌਗਾਤ ਹੈ ਠੀਕ ਹੈ ਤੇ ਪੂਰੇ ਮੁਲਕ ਵਿੱਚ ਹੋਮ ਡਿਲੀਵਰੀ ਯਾਨੀ ਕਿ ਆਨਲਾਈਨ ਡਿਲੀਵਰੀ ਕਰਦੇ ਨੇ ਤੁਸੀਂ ਜਿੱਥੇ ਚਾਹ ਮੰਗਵਾ ਸਕਦੇ ਨੇ ਸਾਰਾ ਉਜ਼ਾਰ ਅੰਦਰ ਹੀ ਇਸ ਤਰ੍ਹਾਂ ਜਿਹੜਾ ਕਢਾਈ ਅੰਦਰ ਜ਼ਰਾ ਅੰਦਰ ਇਥੇ ਨੇੜਾ ਨੇੜਾ ਤੇ ਹੈ ਵੇ ਲੇਕਿਨ ਕੋਈ ਗੱਲ ਨਹੀਂ ਸਾਨੂੰ ਸਾਡੇ ਮਤਲਬ ਦੀ ਚੀਜ਼ ਲੱਭੇ ਨੇਰੇ ਦੀ ਖੈਰ ਹੁੰਦੀ ਹੈ ਸਰ ਆਜੋ ਸਰ ਇਹ ਦਫਤਰ ਇਸ ਤੋਂ ਇਲਾਵਾ ਪਿੱਛੇ ਕਾਫੀ ਲੰਬਾ ਜੀ ਵਰਕਸ਼ਾਪ ਹੈਗੀ ਹੈ ਇਹ ਦੇਖ ਸਕਦੇ ਜੇ 1 2 3 4 ਕਾਫੀ ਸਾਰੇ ਕਮਰੇ ਬਣੇ ਹੋਏ ਨੇ ਬੈਕ ਸਾਈਡ ਤੱਕ ਤੁਰਿਆ ਸਰ ਜਲਦੀ ਜਲਦੀ ਤੇ ਆਪਾਂ ਸਟੋਰ ਰੂਮ ਚ ਲੈ ਕੇ ਚਲੀਏ ਉਥੇ ਕਾਫੀ ਹਾਲ ਵਗੈਰਾ ਬਣੇ ਹੋਏ ਨੇ ਇਹ ਚੀਜ਼ਾਂ ਉਹ ਖਾਨਦਾਂ ਸਿਰਫ ਇਹ ਮਕਸਦ ਹੈ ਕਿ ਮੇਰੇ ਦੋਸਤ ਮੇਰੇ ਵੀਰ ਇਹ ਸਮਝ ਲੈਣ ਵੀ ਅਸੀਂ ਇੱਕ ਛੋਟੀ ਫਰਮ ਦੇ ਵਿੱਚ ਨਹੀਂ ਆਏ ਅਸੀਂ ਇੱਕ ਮਿਆਰੀ ਜ਼ਰਈ ਹਾਲਾਤ ਬਣਾਉਣ ਵਾਲੀ ਫਰਮ ਦੇ ਵਿੱਚ ਆਏ ਆ ਸਾਕਬ ਜ਼ਿਮੀਦਾਰਾ ਇਹ ਨਾਮ ਹੈਗਾ ਐ ਸਰ ਮਸ਼ੀਨਾਂ ਹੈਗੀਆਂ ਨੇ ਇਹ ਦੇਖ ਲੋ ਇਹ ਹੁਣ ਇਹ ਮੇਰੇ ਕੋਲ ਤਾਂ ਚੱਕੇ ਵੀ ਨਹੀਂ ਜਾ ਰਿਹਾ ਹੈਗਾ ਜੀ ਏ ਐਡੇ ਡੇ ਜੀ ਇਹਨੂੰ ਫਾਲੇ ਜ ਬਣਦੇ ਪਏ ਨੇ ਇਹਦੇ ਅੱਗੇ ਫਾਲੇ ਲੱਗਣਗੇ ਇਹ ਕੋੜ ਇਹ ਵੇਖੋ ਜੀ ਇਹ ਬਣਦੇ ਪਏ ਨੇ ਹਲ ਔਰ ਜ਼ਬਰਦਸਤ ਲੇਰਾਂ ਭਰੀਆਂ ਹੋਈਆਂ ਨੇ ਆ ਜੋ ਸਰ ਜਰਾ ਅੱਗੇ ਵੀ ਢੇੜਾ ਕਢਾ ਦਈਏ ਤੇ ਜ ਚਾਹੀਦੀ ਚੀਜ਼ ਲੈ ਕੇ ਆਏ ਆ ਤਾਂ ਕਿ ਵੀਰੇ ਭਰਾ ਵੀ ਸਾਡੇ ਵਾਸਤੇ ਆ ਆਦਮ ਟਰੈਕਟਰ ਵਾਲੇ ਤੇ ਕਿਸਾਨ ਆਟੋ ਆਰਗੇਨਾਈਜੇਸ਼ਨ ਜਿਹੜੇ ਨਾ ਮਿਹਨਤ ਕਰ ਰਹੇ ਆ ਇਹ ਦੇਖ ਲੋ ਠੀਕ ਹੋ ਗਿਆ ਜੀ ਇਹ ਦੁਆਵਾ ਦਿਓ ਕਾਰੀ ਸਾਹਿਬ ਨੂੰ ਜਿਹੜੇ ਸਾਡੇ ਲਈ ਇਨੀ ਮਿਹਨਤ ਕਰਦੇ ਨੇ ਤੇ ਉਹਨਾਂ ਨੇ ਸਾਨੂੰ ਹਾ ਕੀ ਆ ਵੀ ਹੈ ਅੱਛੀ ਚੀਜ਼ ਲੈ ਕੇ ਆਓ ਤੁਹਾਡੇ ਮੁਲਕ ਦੀ ਇੱਕ ਅੱਛੀ ਚੀਜ਼ ਤੇ ਉਹਨੂੰ ਸਾਹਮਣੇ ਲੈ ਕੇ ਆਓ ਸਾਰਿਆਂ ਦੇ ਸਾਰੇ ਜ਼ਿੰਮੇਵਾਰਾਂ ਦੇ ਠੀਕ ਹੋ ਗਿਆ ਆਜੋ ਜੀ ਹੁਣ ਜਰਾ ਇਹ ਸਾਹਮਣੇ ਸਟੋਰ ਹੈਗਾ ਜੀ ਇਹ ਦੇਖ ਲਓ ਹੁਣ ਇਹ ਸਾਰੇ ਤੇ ਇਹੀ ਚੀਜ਼ ਦਾ ਬਣਦਿਆਂ ਨੇ ਤੁਹਾਨੂੰ ਮਾਲਕਾਂ ਨਾਲ ਮਿਲਾਨੇ ਆ ਕਾਫੀ ਲੰਬਾ ਸਫਰ ਕਰ ਰਹੇ ਆ ਆਪਾਂ ਮੈਨੂੰ ਲੱਗਦਾ ਟੋੜ ਟੋੜ ਕਿਤਮੇ ਵੀ ਥੱਕ ਗਿਆ ਵਾ ਹੈ ਵੇਖ ਲਓ ਜੀ ਇਹ ਦੇਖ ਸਕਦੇ ਜੇ ਇਹ ਸਾਰੇ ਹਾਲੀ ਇੱਕ ਦੂਸਰੇ ਦੂਤੇ ਪਏ ਆਗੇ ਨੇ ਰੇਜਰ ਆ ਵਟਾਂ ਵਾਲੇ ਨੇ ਹੋਰ ਵੀ ਕਈ ਚੀਜ਼ਾਂ ਨੇ ਠੀਕ ਆ ਤੇ ਇਹ ਤੁਸੀਂ ਸਾਰਾ ਨਿਜ਼ਾਮ ਦੇਖ ਲਿਆ ਹੁਣ ਮਾਲਕਾਂ ਨਾਲ ਆਪਾਂ ਮਿਲਦੇ ਆਂ ਆਜੋ ਸਰ ਅਸਲਾਮੁਅਲੈਕਮ ਭਾਜੀ ਵਾਲੇਕੁਮ ਸਲਾਮ ਸਰ ਕੀ ਨਾਮ ਹੈ ਆਪਣਾ ਮੇਰਾ ਨਾਮ غلام ਮਯੂਦੀਨ ਹੈ ਅ ਭਾਈ غلام ਮਯੂਦੀਨ ਸਾਹਿਬ ਕਿੰਨੀ ਦੇਰ ਤੋਂ ਆਪਾਂ ਇਹ ਕੰਮ ਕਰ ਰਹੇ ਆਂ ਇਹ ਕੰਮ ਮੇਰੇ ਵਾਲਦ ਸਾਹਿਬ ਨੇ ਸ਼ੁਰੂ ਕੀਤਾ ਸੀ ਸਾਲ 2071 ਤੋਂ ਠੀਕ ਹੈ ਤੇ ਸਾਕ ਜ਼ਮੀਂਦਾਰਾ ਦੀ ਬਕਾਇਦਾ ਜਿਹੜਾ ਵਿਨੈ ਦਾ ਨਾਮ ਹੈ ਰਾ ਤੇ ਪ੍ਰੋਪਰ ਐਨੂੰ ਐਜ਼ ਅ इंडस्ट्री के तौर पर सन उन्नीस सौ नानवे तो असं भी ना इस मुकाम से इन शाला असान शुरू किया अच्छा सर अपने मुख्त सर अपने हाल की खासियत दसो जिंध अने से सुन के आए भी मैं मशहूर है गए ने ਇਕ ਤੇ ਸਾਡੀ ਹਲ ਵਿੱਚ ਜਿਹੜਾ ਵੇਨਾ ਹੈ ਜਿਹੜਾ ਰਵਾਇਤੀ ਅੱਗੇ ਸਪਰਿੰਗ ਇਸਤੇਮਾਲ ਹੁੰਦਾ ਸੀ ਦੋਨੋਂ ਸਾਈਡਾਂ ਤੇ ਸਪਰਿੰਗ ਤੇ ਜ਼ਿੰਮੇਦਾਰ ਪਾਈਪਰੇ ਜਿਆਦਾ ਜਿਹੜੇ ਨੇ ਨਾ ਹੈ ਉਸ ਤੋਂ ਤੰਗਸਨ ਕਿ ਹਲ ਵਾਂਦੇ ਨੇ ਸਪਰਿੰਗ ਜਿਹੜਾ ਵੇ ਉਹ ਡਿੱਗ ਜਾਂਦਾ ਵੇ ਠੀਕ ਹੈ ਨਵੀਂ ਹਲ ਲਿਆਂਦੀ ਹੈ ਪਹਿਲੇ ਮਹੀਨੇ ਹੀ ਉਹਦੀ ਮੇਨਟੇਨੈਂਸ ਨਿਕਲਣਾ ਸ਼ੁਰੂ ਹੋ ਜਾਂਦੀ ਹੈ ਸਾਡੀ ਹਲ ਵਿੱਚ ਆਵੇ ਕਿ ਆ ਕੁੱਪੇ ਵਾਲੀ ਹਲ ਇਹਦੇ ਸਪਰਿੰਗ ਜਿਹੜਾ ਹੁੰਦਾ ਵੇ ਇੱਕ ਤੇ ਉਹ 500ਰ ਮੋਟਾ ਹੁੰਦਾ ਵੇ ਠੀਕ ਹੈ ਜਰਮਨ ਵਾਇਰ ਦਾ ਸਪਰਿੰਗ ਤਿਆਰ ਕੀਤਾ ਜਾਂਦਾ ਵੇ ਠੀਕ ਹੈ ਆਪ ਤਿਆਰ ਕਰਦੇ ਸਪਰਿੰਗ ਜੀ ਸਪਰਿੰਗ ਇੱਥੇ ਅ ਠੀਕ ਹੈ ਤੇ ਉਹ 스프링 ਜਿਹੜਾ ਵੇ ਉਹ ਕੁਪੇ ਦੇ ਅੰਦਰ ਹੁੰਦਾ ਵੇ ਠੀਕ ਹੈ ਫਿਰ ਉਹ 스프링 ਐਵੇਂ ਕਿ 5 ਸਾਲ 10 ਸਾਲ ਉਹਦੀ ਜਿਹੜੀ ਨਾ ਹੀ ਲਾਈਫ ਚੱਲਦੀ ਹੈ ਸਹੀ ਉਹ ਦਾ ਕਿਸੇ ਕਿਸਮ ਦਾ ਡਿਗਨੇ ਦਾ ਠੀਕ ਹੈ ਹਲ ਦੇ ਡੈਮੇਜ ਹੋਣੇ ਦਾ ਫਿਰ ਉਹ ਦਾ ਜ਼ਮੀਨਾਂ ਜਿਹੜੀਆਂ ਬਹੁਤ ਜ਼ਿਆਦਾ ਸਾਖਤ ਨੇ ਜਿਹੜੀਆਂ ਆਮ ਹਲ ਨਾਲ ਨਹੀਂ ਵਾਈਆਂ ਜਾਂਦੀਆਂ ਉਹ ਵੀ ਜਿਹੜੀਆਂ ਨੇ ਜ਼ਮੀਨਾਂ ਜਿਹੜੀਆਂ ਨੇ ਸਾਡੀ ਹਲ ਨਾਲ ਜਿਹੜਾ ਵੇ ਇਨਕੇ ਕਮਾਦ ਵਾਲੇ ਜਾਂ ਕਸ਼ਮੀਰ ਵਾਲੇ ਇਲਾਕੇ 'ਚ ਕਮਾਦ ਵਾਲੇ ਇਲਾਕੇ ਕਸ਼ਮੀਰ ਵਾਲੇ ਇਲਾਕੇ ਵਿੱਚ ਬਹੁਤ ਜ਼ਿਆਦਾ ਹਲ ਜਿਹੜੀ ਸਾਡੀ ਇਸਤੇਮਾਲ ਹੁੰਦੀ ਏ। ਤੇਰਾ ਗਾਜ਼ੀ ਖਾਨ ਵਾਲ ਪਹਾੜੀ ਇਲਾਕੇ 'ਚ ਦੇਖੋ ਮੰਡੀ ਬਾਉਲਦੀਨ ਵਿੱਚ ਆ ਮੇਰੇ ਕੋਲ ਹੁਣ ਜਿਹਰੇ ਨੇ ਨਾ ਚਸ਼ਮੇ ਦੇ ਮੀਆਂ ਵਾਲੀ ਦੇ ਠੀਕ ਹੈ ਹੁਣ ਕਾਫੀ ਜ਼ਿਆਦਾ ਜਿਸ ਜਿਸ ਇਲਾਕੇ ਹੀ ਸਾਡੀ ਹਲ ਜਾ ਰਹੀ ਹੈ ਠੀਕ ਹੈ ਹੁਣ ਉਸ ਇਲਾਕੇ ਵਿੱਚ ਪਸੰਦ ਕੀਤੀ ਜਾ ਰਹੀ ਹੈ ਪਹਿਲਾਂ ਤੇ ਅਸੀਂ ਸਿਰਫ ਮੰਡੀ ਬਾਉਲਦੀਨ ਦਾ ਏਰੀਆ ਸੀ ਤੇ ਇਨਸ਼ਾਅੱਲਾ 2-3 ਸਾਲਾਂ ਤੋਂ ਅੱਲਾਹ ਦਾ ਸ਼ੁਕਰ ਹੈ ਤੇ ਤਕਰੀਬਨ ਪੂਰੇ ਪੰਜਾਬ ਤੋਂ ਸਾਡੇ ਕੋਲ ਕਸਟਮਰ ਜਿਹਰੇ ਨੇ ਨਾ ਉਹ ਆ ਰਹੇ ਨੇ ਤੇ 950 ਯੂਨਿਟ ਅਸੀਂ ਪਿਛਲੇ ਸਾਲ ਜਿਹੜਾ ਵੇਹਾਲ ਦਾ ਸੇਲ ਆਊਟ ਕੀਤਾ ਮਾਸ਼ਾਅੱਲਾ ਜੀ ਮਾਸ਼ਾਅੱੱਲਾ ਬੜੀ ਖੁਸ਼ੀ ਹੋਈ ਤੁਸੀਂ ਇਹ ਗੱਲ ਦੱਸਿਆ ਜਰਾ ਹੁਣ ਕੋਲ ਜਾ ਕੇ ਵੇਖਣੇ ਆ ਉਹ ਇਹਦੀ ਗੇਜ ਵਗੈਰਾ ਚੈੱਕ ਕਰਦੇ ਆ ਕਿੰਨੀ ਗੇਜ ਲਾ ਰਹੇ ਨੇ ਇਹ ਇਧਰ ਆਓ ਸਰ ਇਹ ਵਖਾਓ ਸਭ ਤੋਂ ਪਹਿਲੇ ਜੀ ਇਹ ਜਿਹੜਾ ਉੱਤੇ ਪੱਲਾ ਲੱਗਾ ਹੋਇਆ ਇਹ ਕਿੰਨੀ ਗੇਜ ਆ ਇਹਦੇ ਵੀ ਮੁxtਲਿਫ ਸਾਈਜ਼ ਚੱਲ ਰਹੇ ਨੇ ਜਿਹੜੀ ਹੈ ਹਾਲ ਤੁਸੀਂ ਦੇਖ ਰਹੇ ਹੋ ਇਹਦੇ ਵਿੱਚ ਇਹ ਤਿੰਨ ਸੂਤਰ ਮੋਟਾ ਜਿਹੜਾ ਵੇ ਉੱਤੇ ਇਹ ਲੱਗੇ ਆਵੇ ਤਿੰਨ ਸੂਤਰ ਦਾ ਹੀ ਮੁਕੰਮਲ ਫਰੇਮ ਲੱਗੇ ਆਵੇ ਇਹਦੇ ਵਿੱਚ ਇਹ ਚਿਮਟਾ ਵਗੈਰਾ ਉਹ ਵੀ ਤਿੰਨ ਸੂਤਰ ਦਾ ਲੱਗੇ ਆਵੇ ਠੀਕ ਹੈ ਕਾਬਲੇ ਜਿਹੜੇ ਅਸੀਂ ਐਸਾ ਹਾਲ ਵਿੱਚ ਇਸਤੇਮਾਲ ਕੀਤੇ ਨੇ ਇਹ ਖੂਸੀ ਤੌਰ ਤੇ ਹਾਜ਼ਾਬਾਦ ਦੇ ਸਾਡੇ ਕਸਟਮਰ ਆਂਦੇ ਨੇ ਬਣੀ ਕੇ ਤਾਰੜ ਦੇ ਠੀਕ ਹੈ ਸੁਖੇ ਕੀ ਦੇ ਇਸ ਇਲਾਕੇ ਦੇ ਜਿਹੜੇ ਕਸਟਮਰ ਆਂਦੇ ਨੇ ਉਹਨਾਂ ਵਾਸਤੇ ਇਹ ਸਪੈਸ਼ਲ ਰੂਸੀ ਟਰੈਕਟਰ ਵਾਸਤੇ ਹਾਲ ਜਿਹੜੀ ਹੈਵੀ ਡਿਊਟੀ ਤਿਆਰ ਹੋਈ ਹੈ ਪਿੱਛੇ ਹੁੱਕ ਵਾਇਰ ਲਗਾਈ ਗਈ ਹੈ ਠੀਕ ਹੈ ਸੋ ਅੱਗੇ ਵਾਸਤੇ ਕੁੰਡੇ ਇਹ ਨਾਲ ਹੈ ਸਪੈਸ਼ਲ ਚੀਜ਼ਾਂ ਜਿਹੜੀਆਂ ਨੇ ਨਾ ਹੈ ਉਹ ਐਡਿਟ ਕੀਤੀਆਂ ਹਨ ਯਾਨੀ ਕਿ ਇਹ ਹਾਰਾਂ ਦੇ ਨਾਲ ਹੁੱਕ ਵੀ ਲਾਂਦੇ ਜੇ ਕੁੰਡੇ ਵੀ ਲਾਂਦੇ ਜੇ ਹਾਂਜੀ ਇਹ ਵੇਖੋ ਜੀ ਹੁੱਕ ਇਧਰ ਵਿਖਾਓ ਸਰ ਇਹ ਹੁੱਕ ਐ ਸਾਈਡਾਂ ਤੇ ਕੁੰਡੇ ਤੇ ਸੁਹਾਗੇ ਵਗੈਰਾ ਵੀ ਤਿਆਰ ਕਰਦੇ ਸਰ ਨਹੀਂ ਸੁਹਾਗੇ ਵਗੈਰਾ ਨਹੀਂ ਤਿਆਰ ਕਰ ਰਿਹਾ ਸਿਰਫ ਹੁੱਕ ਹੁੰਦੀ ਏ ਕਿ ਤੁਸੀਂ ਹਾਲ ਦੇ ਨਾਲ ਦੀ ਸਕੈਰੋ ਤੁਸੀਂ ਆਪਣੀ ਲੈ ਕੇ ਜਾਣਾ ਚਾਹੁੰਦੇ ਹੋ ਕੋਈ ਕਲਰ ਵਾਸਤੇ ਕੋਈ ਖਾਦ ਵਾਸਤੇ ਛੋਟੀ ਤੁਹਾਡੀ ਟਰਾਲੀ ਏ ਤੁਸੀਂ ਉਹ ਲੋਡ ਕਰਕੇ ਨਾਲ ਲੈ ਕੇ ਜਾਣ ਜਾਂਦੇ ਹੋ ਜ਼ਿੰਮੇਦਾਰ ਭਾਈ ਪਰੇਸ਼ਾਨ ਹੋ ਜਾਂਦੇ ਨੇ ਕਿ ਅਸੀਂ ਹਾਲ ਪਿੱਛੇ ਲਿੰਕਾਂ ਪਿੱਛੇ ਪਾਈਏ ਹੁਣ ਦੂਜੀ ਚੀਜ਼ ਅਸੀਂ ਕਿੱਥੇ ਪਾਈਏ ਉਹਦੇ ਵਾਸਤੇ ਇਹ ਹੁੱਕ ਜਿਹੜੀ ਪਿੱਛੇ ਫਿੱਟ ਕੀਤੀ ਗਈ ਹੈ ਤੇ ਆ ਜੋ ਸਰ ਉਹ ਜਰਾ ਗਮਾਦ ਵਾਲੇ ਸਮਾਨ ਪਿੱਛੇ ਚੱਲਦੇ ਆ ਐ ਜੀ ਇਹ ਰੰਗ ਹੋਏ ਨੇ ਤੇ ਇਹਦੇ ਬਾਰੇ ਪੁੱਛਨੇ ਆ ਕੀ ਖਾਸੀਅਤ ਇਹਨਾਂ ਦੀ ਇਹਦੀ ਸਾਰੇ ਡਿਟੇਲ ਦੇਓ ਜਰਾ ਤੁਹਾਨੂੰ ਇਹ ਜਿਹੜੇ ਠੀਕੇ ਆਮ ਰੂਟੀਨ ਵੀ ਜਿਹੜੀ ਰੀਜਰ ਕਮਾਦ ਅਲੀ ਹਲ ਤਿਆਰ ਹੁੰਦੀ ਏ ਉਹਦਾ weight 270 ਤੇ 300 ਦੇ ਦਰਮਿਆਨ ਹੁੰਦਾ ਲੇਕਿਨ ਸਾਡੀ ਜਿਹੜੀ ਸਪੈਸ਼ਲ ਹੈਵੀ ਡਿਊਟੀ ਰੀਜਰ ਏ 420 430 ਕਿਜੀ ਦੀ ਹੁੰਦੀ ਏ ਇਹਦੀ 1.5 ਇੰਚੀ ਦਾ ਕੋਰ ਡਿਲੈਗ ਆਇਆ ਜਾਂਦਾ ਹੈ ਉਹ ਹੀ ਤਿੰਨ ਸੁੱਤਰ ਦਾ ਜਿਹੜਾ ਤੇ ਇਸ ਉਤਰ ਮੋਟਾ ਜਿਹੜਾ ਪੱਖਾ ਲਗਾਇਆ ਜਾਂਦਾ ਵੇ 2.5 ਫੁੱਟ ਦਾ ਹੋਰ ਆ ਸਾਡੇ ਏਰੀਏ ਵੀ ਬਹੁਤ ਜ਼ਿਆਦਾ ਚੱਲਦਾ ਵੇ ਉਹਦੇ ਹਿਸਾਬ ਨਾਲ ਇਹਨੂੰ ਡਿਜ਼ਾਈਨ ਕੀਤਾ ਗਿਆ ਠੀਕ ਹੈ ਇਸ ਬਲਾਕ ਦੇ ਅੰਦਰ ਜਿੱਥੇ ਮਰਜ਼ੀ ਤੁਸੀਂ ਇਹਨੂੰ ਮੂਵ ਕਰਨਾ ਇਹ ਦੋ ਵੱਡੇ ਸਟੱਡ ਲਗਾਏ ਗਏ ਨੇ ਇਹ ਲੋਹੇ ਦਾ ਬਲਾਕ ਲਗਾਇਆ ਗਿਆ ਹੈ ਤੈਨੂੰ ਜਿਸ ਜਗ੍ਹਾ ਤੇ ਮੂਵ ਕਰਨਾ ਹੋਵੇ ਪਰ ਆਜ਼ੀਲੀ ਤੁਸੀਂ ਜਿਹੜਾ ਬੈਨਾ ਇਹਨੂੰ ਮੂਵ ਕਰ ਸਕਦੇ ਹੋ ਔਰ ਆ ਤੁਸੀਂ ਆਪਣਾ ਸੈੱਟ ਕਰ ਸਕਦੇ ਹੋ ਬਿਲਕੁਲ ਆਸਾਨੀ ਨਾਲ ਇੱਕ ਚਾਬੀ ਹੁੰਦੀ ਹੈ ਲਿੰਕਾਂ ਇਟ੍ਰੈਕਟਰ ਪਾਏ ਆ ਤੁਸੀਂ ਇਹਨੂੰ ਢਿੱਲਾ ਕਰੋ ਤੁਸੀਂ ਆਰਾਮ ਨਾਲ ਜਿਹੜਾ ਔਰ ਆ ਜਿਹੜਾ ਸੈੱਟ ਕਰ ਸਕਦੇ ਹੋ ਠੀਕ ਹੋ ਗਿਆ ਸਾਕਬ ਭਾਈ ਤੁਹਾਡੀ ਹਰ ਗੱਲ ਸਹੀ ਹੈ ਹਰ ਗੱਲ ਸਹੀ ਹੈ ਗੱਲ ਮੁੱਕਦੀ ਹੁੰਦੀ ਰੇਟ ਤੇ ਰੇਟ ਆਪਣਾ ਟਾਈਟ ਹੈਗਾ ਮناسب ਹੈਗਾ ਕਿ ਲੋ ਹੈਗਾ ਨੇ انشاءاللہ ਰੇਟ ਸਾਡਾ ਬਹੁਤ ਜ਼ਿਆਦਾ ਲੋਅ ਹੈ ਕਿਉਂਕਿ ਅਸੀਂ ਜ਼ਿਆਦਾ ਕੋਸ਼ਿਸ਼ ਕਰ ਰਹੇ ਹਾਂ ਪ੍ਰੋਡਕਸ਼ਨ ਉੱਤੇ ਠੀਕ ਹੈ ਪ੍ਰੋਡਕਸ਼ਨ ਅਸੀਂ ਇਨਕਰੀਜ਼ ਕਰ ਰਹੇ ਹਾਂ ਤੇ ਤਾਂ ਕਿ ਸਾਡੇ ਕਿਸਾਨ ਭਾਈਆਂ ਨੂੰ ਜਿਹੜਾ ਵੇ ਅਸੀਂ ਘੱਟ ਤੋਂ ਘੱਟ ਕਾਸਟ ਉੱਤੇ ਜਿਹੜਾ ਵੇ ਨਾ ਮਿਆਰੀ ਤੋਂ ਮਿਆਰੀ ਚੀਜ਼ ਜਿਹੜੀ ਇਹਨਾਂ ਪ੍ਰੋਵਾਈਡ ਕਰ ਸਕੀਏ ਐ ਹੁਣ ਜਰਨਲ ਵਾਲੀ ਦੀ ਇਹ ਗੱਲ ਹੈਗੀ ਹੈ ਦੇਖੋ ਐ ਹੁਣ ਇਨਾ ਸਟਾਕ ਪਿਆ ਹੈਗਾ ਨਾ ਸਰ ਪਿੱਛੇ ਆਪਾਂ ਦੇਖ ਕੇ ਆਏ ਆ ਨਾ ਇਨਾ ਕੁਝ ਦੇਖ ਕੇ ਆਏ ਆ ਇਹਦਾ ਮਕਸਦ ਹੈ ਜ਼ਿਆਦਾ ਬਣਾਉਂਦੇ ਨੇ ਜ਼ਿਆਦਾ ਬਣਾਉਂਦੇ ਨੇ ਥੋੜਾ ਮੁਨਾਫਾ ਲੈਣਗੇ ਤੇ ਕੰਮ ਬਹੁਤ ਅੱਛਾ ਚੱਲੇਗਾ ਲੇਕਿਨ ਇੱਕ ਮੇਰੇ ਵਰਗਾ ਅਗਰ ਵਰਕਸ਼ਾਪ ਵਾਲਾ ਬੰਦਾ ਨੇ ਤੈਨੀ ਹਲ ਬਣਾਉਣੇ ਤੇ ਉਹਦੇ ਵਿੱਚ ਚੰਗੀ ਕਿਲੀ ਢੋਕਦਾ ਹੈਗਾ ਤੇ ਠੀਕ ਹੈ ਇਹਦੇ ਵਿੱਚ ਮناسب مناسب مناسب بس حق دا ਜਿਹੜਾ ਉਹ ਰੱਖਣਗੇ ਤੇ ਇਨਸ਼ਾਅੱਲਾ ਤੁਹਾਨੂੰ ਅਲਾਮਾ ਨਹੀਂ ਆਏਗਾ ਅ ਕਾਰੀ ਸਾਬ ਬਹੁਤ ਅੱਛੇ ਬੰਦੇ ਤੁਸੀਂ ਸਾਡੇ ਲਈ ਮੁੰਤਖਬ ਕੀਤੇ ਨੇ ਅਸੀਂ ਖੁਸ਼ ਆਇਨਾ ਤੋਂ ਤੇ ਸਰ ਇਹਨਾਂ ਦਾ ਰੇਟ ਦੱਸਿਓ ਹਜ਼ਾਰਾ ਜੀ ਜੀ ਅਸੀਂ ਇਹ ਕਮਾਦ ਦੇ ਰੀਜਰ ਹੈਵੀ ਡਿਊਟੀ ਬਣਾ ਰਹੇ ਆ 90000 ਰੁਪਏ ਦੀ ਏ ਇੱਕ ਇਹਦੇ ਵਿੱਚ ਲੋ ਡਿਊਟੀ ਹੁੰਦੀ ਏ ਉਹ 80000 ਦੀ ਏ ਮਾਮੂਲੀ ਜਿਹਾ ਦਾ ਫਰਕ ਹੁੰਦਾ 390 ਕਿਜੀ ਤਕਰੀਬਨ ਇੱਕ ਮਨ ਵਜ਼ਨ ਦਾ ਫਰਕ ਹੁੰਦਾ ਵੇ ਉਹ 80000 ਰੁਪਏ ਦੀ ਅਸੀਂ ਸੇਲ ਆਊਟ ਕਰ ਰਹੇ ਆ ਠੀਕ ਹੈ ਹਾਲ ਵਿੱਚ ਜੇ ਰਾਵੇ ਹਾਲ ਜਿਹੜਿਆ ਵਿਖਾਏ ਨੇ ਸਾਨੂੰ ਕੀ ਆ ਜੀ ਐਸ ਦਾ ਰੇਟ ਦੱਸਿਓ ਇਹ ਜਿਹੜੀ ਹਾਲੇ ਹੈਵੀ ਡਿਊਟੀ ਹਾਜ਼ਾਬਾਦ ਵਾਸਤੇ ਇਹ 1 ਲੱਖ 5000 ਰੁਪਏ ਦੀ ਹੈ ਠੀਕ ਹੈ ਵੈਸੇ ਸਾਡੇ ਕੋਲ ਹਾਲ ਜਿਹੜੀ ਹੈ ਉਹ 9 ਫਾਲੇ 65000 ਤੋਂ ਸ਼ੁਰੂ ਹੁੰਦੀ ਹੈ ਇਹ 9 ਫਾਲੇ ਤੁਹਾਡੇ ਕੋਲ ਪਈ ਹੋਈ ਹੈ ਠੀਕ ਹੈ 65000 ਤੋਂ ਸ਼ੁਰੂ ਹੋ ਜਾਂਦੀ ਹੈ ਐਸੀ ਮੁxtਲਫ ਇਹ 65000 ਵਾਲੀ ਹੈ ਹਾਂਜੀ ਐਸੀ ਮੁxtਲਫ ਵੈਰਾਈਟੀਆਂ ਚੱਲਦੀਆਂ ਨੇ 65000 ਜਿਹੜੀ ਸਭ ਤੋਂ ਹੈਵੀ ਹੈ ਉਹ 1 ਲੱਖ 5000 ਰੁਪਏ ਦੀ ਹੈ 65000 ਐ 65000 ਹੈ ਜੀ ਐ 1 ਲੱਖ 5000 ਇਹਦੇ ਵਿੱਚ ਕੋਈ ਆਪਣੀ ਮਰਜ਼ੀ ਦਾ ਬਣਵਾਉਣਾ ਚਾਵੇ ਉਹ ਵੀ ਬਣ ਜਾਏਗਾ ਕੋਈ ਮਸਲਾ ਨਹੀਂ ਹੈਗਾ ਵੈਰਾਈਟੀਆਂ ਤੁਹਾਨੂੰ ਆਜੋ ਹੋਰ ਵਖਾਨੇ ਆ ਐ ਸਾਈਡ ਤੇ ਆਓ ਜੀ ਤੁਹਾਨੂੰ ਮੁxtਲਫ ਹਲਾਂ ਦੀਆਂ ਵੈਰਾਈਟੀਆਂ ਐ ਦੇਖੋ ਪਈਆਂ ਹੈਗੀਆਂ ਨੇ ਜੀ ਐਸੀ 385 ਵਾਸਤੇ ਡਿਜ਼ਾਈਨ ਕੀਤਾ ਮਾਡਲ ਠੀਕ ਹੈ ਹੈਵੀ ਡਿਊਟੀ ਮਾਡਲ ਐ 85000 ਰੁਪਏ ਦਾ ਵੇ ਇਹ ਰੂਸੀ ਵਾਸਤੇ ਆਮ ਸਾਡੇ ਇਲਾਕੇ ਵਾਸਤੇ ਠੀਕ ਹੈ ਜਿੰਨਾ ਵੀ ਕੁੱਪੇ ਥੱਲੇ ਤੇ ਮੁੰਜੀ ਦੇ ਸੁੱਡੇ ਦਾ ਮਸਲਾ ਐ 85 ਦਾ ਵਖਾਓ ਸਰ ਠੀਕ ਹੈ ਤੇ ਇਧਰ ਜੀ ਇਹ ਰੂਸੀ ਦਾ ਵਖਾਓ ਤੇ ਉਹ ਅਗਲਾ ਇਹ ਦੋਨੋਂ ਰੂਸੀ ਦੇ ਹੀ ਨੇ ਇਹ ਦੋਨੇ ਰੂਸੀ ਦੇ ਹੀ ਨੇ ਠੀਕ ਹੈ ਤੇ ਇਹਨਾਂ ਦੀ ਡਿਜ਼ਾਈਨਿੰਗ ਚ ਕੀ ਫਰਕ ਹੈ 85 ਦਾ ਰੂਸੀ ਦਾ ਡਿਜ਼ਾਈਨਿੰਗ ਵੀ ਫਰਕ ਨਹੀਂ ਹੈ ਮਟੀਰੀਅਲ ਦਾ ਫਰਕ ਹੈ weight ਦਾ ਫਰਕ ਹੈ ਰੂਸੀ ਉੱਤੋਂ ਹੱਲ ਨੂੰ ਦਬਾ ਲੈਂਦਾ ਵੇ ਉਹਦੇ ਫਰੇਮ ਨੂੰ ਕਿਸੇ ਕਿਸਮ ਦੀ ਡੈਮੇਜ ਨਾ ਆਵੇ ਇਹਦਾ ਟੋਟਲ 300 ਸੁੱਤਰ ਦਾ ਫਰੇਮ ਹੈ ਠੀਕ ਹੈ ਇਹਦਾ ਫਰੇਮ ਜੇ ਰਾਵੇ ਉਹ 250 ਸੁੱਤਰ ਲ ਮੋਟਾ ਲੱਗੇ ਆਵੇ 85 ਵਾਲੇ ਦਾ weight ਕਿੰਨਾ ਹੈ 85 ਵਾਲੇ ਦਾ weight 380 ਤੋਂ 390 kg ਹੈ ਜੇ ਰੂਸੀ ਵਾਲੀ ਉਹ 420 ਤੋਂ 430 kg ਹੈ ਰੂਸੀ <Rusy> ਹੈਵੀ weight ਵਾਸਤੇ ਆ ਹਾਂਜੀ ਹੈਵੀ weight ਵਾਸਤੇ ਰੂਸੀ ਤੇ ਇਸ ਤੋਂ ਹਲਕੀ ਜਿਹੜੀ ਹੈ ਫਿਰ 80000 ਦੀ ਆਜੋ ਜੀ ਐਸ ਸਾਈਡ ਤੇ ਇੱਕ ਹੋਰ ਚੀਜ਼ ਤੁਹਾਨੂੰ ਨਵੀਂ ਵਿਖਾਈਏ ਹਲਾਂ ਦੇ ਵਿੱਚ ਜੀ ਫੋਕਸ ਕਰੋ ਜਰਾ ਇਹ ਵੇਖੋ ਇਹ ਉਲਟਾ ਕਰਕੇ ਰੱਖਿਆ ਹੁਣ ਇਹਦਾ ਡਿਜ਼ਾਈਨਿੰਗ ਇਹ ਤਰੀਕਾ ਕਰ ਇਹ ਦੇਖੋ ਜੀ ਸਪਰਿੰਗਾ ਦੀ ਮਜ਼ਬੂਤੀ ਸਪਰਿੰਗ ਖਰਾਬ ਨਹੀਂ ਹੋਣਗੇ ਮਿੱਟੀ ਨਾਲ ਗਲਣਗੇ ਨਹੀਂ ਸੜਣਗੇ ਨਹੀਂ ਇਹਦੇ ਵਿੱਚ ਤੁਸੀਂ ਤੇਲ ਪਾ ਸਕਦੇ ਜੇ ਇਹਨਾਂ ਨੂੰ ਕੁਝ ਵੀ ਕਰ ਸਕਦੇ ਜੇ ਉਸ ਤੋਂ ਇਲਾਵਾ ਰੰਗ ਵਗੈਰਾ ਵੀ ਹੁੰਦਾ ਹੈ ਇਹਨਾਂ ਨੂੰ ਇਹ ਦੇਖ ਲਵੋ ਇੱਕ ਖਾਮ ਪਏ ਹੈ ਕਿ ਨਾ ਜਿਨ੍ਹਾਂ ਨੂੰ ਕਲਰ ਸਕੀਮ ਜਿਹੜੀ ਉਹ ਬਾਦ ਦੀ ਹੈ ਠੀਕ ਹੈ ਸਰ ਇਹ ਕਿੰਨੇ ਵਾਲਾ ਤੇ ਕਿਹੜਾ ਇਹ 80000 ਦਾ ਪਏ ਤੇ 640 ਟਰੈਕਟਰ ਹੋ ਜਾਵੇ ਤੁਹਾਡਾ 375 ਹੋ ਜਾਵੇ ਠੀਕ ਹੈ ਇਹਨਾਂ ਟਰੈਕਟਰ ਦੀ ਰੇਂਜ ਵਿੱਚ ਇਹ ਬਿਹਤਰੀਨ ਹੈ ਤੇ 240 ਵਾਸਤੇ ਹੈਵੇ ਕੋਈ 240 ਵਾਸਤੇ 9 ਫਾਲੇ ਜ਼ਿਆਦਾ ਸਾਡੇ ਏਰੀਏ ਵਿੱਚ ਚਲਦੀ ਏ ਉਹ 9 ਫਾਲੇ ਤੁਹਾਨੂੰ ਦਸੀਏ 65000 ਰੁਪਏ ਦੀ ਠੀਕ ਹੋ ਗਿਆ ਤੇ ਬਹੁਤ ਸ਼ੁਕਰੀਆ ਸਰ ਬਹੁਤ ਅੱਛਾ ਲੱਗਾ ਸੈਟਅਪ ਵੇਖ ਕੇ ਨਿਜ਼ਾਮ ਵੇਖ ਕੇ ਤੇ ਬਾਕੀ ਜੇ ਕੋਈ ਸਾਡਾ ਜ਼ਿੰਮੇਦਾਰ ਆਵੇ ਤੇ ਉਹਦੇ ਨਾਲ ਤਾਵਨ ਕਰਿਆ ਰਿਕੁਐਸਟ ਹੈ ਸਾਡੀ ਤੁਹਾਡੇ ਅੱਗੇ ਤੇ ਫਿਰ ਇਜਾਜ਼ਤ ਚਾਹਨੇ ਆ ਭਾਜੀ ਅੱਲਾਹ ਹਾਫਿਜ਼ ਜੀ ਠੀਕ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਅਕਾਲੀ ਸਾਹਿਬ ਦਾ ਜਿਨ੍ਹਾਂ ਨੇ ਮੈਨੂੰ ਮੌਕਾ ਦਿੱਤਾ ਅੱਜ ਕਿ ਮੈਂ ਕਿਸਾਨ ਹਟੂ ਦੇ ਪਲੇਟਫਾਰਮ ਤੋਂ ਤੁਹਾਡੇ ਨਾਲ ਜਰ ਆ ਬੈਨਾ ਗੱਲ ਕਰ ਸਕਾਂ ਬਹੁਤ ਬਹੁਤ ਸਾਰੇ ਕਿਸਾਨ ਭਾਈਆਂ ਦਾ ਬਹੁਤ ਸ਼ੁਕਰੀਆ ਅੱਲਾਹ ਹਾਫਿਜ਼